ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਰੋਜ਼ ਤੁਹਾਡੇ ਵਾਸਤੇ ਨਵੇਂ ਨਵੇਂ ਸਕਿਲ ਫੇਅਰ ਦੇ ਨੁਸਖੇ ਲੈ ਕੇ ਆਉਂਦੇ ਹੀ ਰਹਿੰਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜੋ ਆਪਣੇ ਫੇਸ ਤੇ ਪਿੰਪਲ ਜਾਂ ਉਹਨਾਂ ਦੇ ਦਾਗ ਧੱਬੇ ਪੈ ਜਾਂਦੇ ਹਨ ਉਹਨਾਂ ਦਾ ਆਪਾਂ ਕਿਸ ਤਰ੍ਹਾਂ ਦੇ ਨਾਲ ਇਲਾਜ ਕਰਾਂਗੇ। ਇਸ ਤਰ੍ਹਾਂ ਤੁਹਾਨੂੰ ਟਿਪਸ ਦੱਸਣ ਵਾਸਤੇ ਸਾਡੇ ਨਾਲ ਸਟੂਡੀਓ ਵਿੱਚ ਆ ਜਾਂਦੇ ਪਿੰਕੀ ਜੀ। ਪਿੰਕੀ ਜੀ, ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਾਡੇ ਸਟੂਡੀਓ ਦੇ ਵਿੱਚ। ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੇ ਆਪਣੇ ਫੇਸ ਤੇ ਪਿੰਪਲ ਹੋ ਜਾਂਦੇ ਹਨ ਉਹਨਾਂ ਦੇ ਦਾਗ ਪੈ ਜਾਂਦੇ ਹਨ, ਆਪਾਂ ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਹੀ ਰਹਿ ਕੇ ਇਲਾਜ ਕਰ ਸਕਦੇ ਹਾਂ? ਹਾਂਜੀ, ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ। ਜੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਿੰਪਲਸ ਦੀ, ਟੋਨਿਕ ਦੀ, ਇਸ ਤਰ੍ਹਾਂ ਦੀ ਸਕਿਨ ਪ੍ਰੋਬਲਮ ਬਹੁਤ ਹੁੰਦੀਆਂ ਆ, ਤੇ ਸਭ ਤੋਂ ਕਾਮਨ ਆਪਣੀ ਪ੍ਰੋਬਲਮ ਹੈ ਕਿ ਜਦੋਂ ਆਪਣੇ ਫੇਸ ਦੇ ਉੱਤੇ ਪਿੰਪਲ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਉਹ ਹਟਣ ਤੋਂ ਬਾਅਦ ਹੀ ਜਿਹੜਾ ਉਹਨਾਂ ਨਿਸ਼ਾਨ ਪੈ ਜਾਂਦਾ ਆ ਉਹਨੂੰ, ਸਹੀ ਗੱਲ ਨਹੀਂ, ਮੈਂ ਸਿਰਫ ਤੁਹਾਨੂੰ ਤਿੰਨ ਚੀਜ਼ਾਂ ਦੱਸੂਗੀ। ਤਿੰਨ ਚੀਜ਼ਾਂ ਕਿ ਮਤਲਬ ਕਿ ਉਹਨੂੰ ਮਿਲਾ ਕੇ ਸਿਰਫ ਇੱਕੋ ਵਾਰੀ ਹੀ ਤੁਸੀਂ ਉਹ ਯੂਜ਼ ਕਰਨੀ ਆ। ਤੇ ਸਭ ਤੋਂ ਪਹਿਲਾਂ ਆਪਾਂ ਲੈ ਲੈਣਾ ਆ ਹਨੀ। ਹਨੀ ਹਨੀ ਜਿਹੜਾ ਤੁਹਾਨੂੰ ਪਹਿਲਾਂ ਵੀ ਮੈਂ ਇੱਕ ਦੋ ਚੀਜ਼ਾਂ ਵਿੱਚ ਐਡ ਕਰਵਾਇਆ ਸੀ, ਇਹ ਜਿਹੜਾ ਆਪਣੀ ਸਕਿਨ ਨੂੰ ਕੋਮਲ ਕਰਦਾ ਆ, ਮੋਇਸਚਰਾਈਜ਼ ਕਰਦਾ ਤੇ ਸਕਿਨ ਨੂੰ ਜਿਹੜਾ ਮਤਲਬ ਕਿ ਖੁਰਦੁਰੀ ਰਹਿਣ ਨਹੀਂ ਦਿੰਦਾ, ਕਿ ਉਹਦੀ ਜਿੱਦਾਂ ਕਹਿ ਲਓ ਕਿ ਗਲੋਇੰਗ ਬਿਲਕੁਲ ਚੱਲ ਜਾਂਦੀ ਆ, ਮਤਲਬ ਕਿ ਬਹੁਤ ਜ਼ਿਆਦਾ ਡੱਲ ਸਕਿਨ ਹੋ ਜਾਂਦੀ ਆ। ਤੇ ਇਹ ਜਿਹੜੇ ਦੱਸੋਗੇ ਇਹ ਤੁਹਾਡੀ ਮਤਲਬ ਕਿ ਪਿੰਪਲ ਫ੍ਰੀ ਵੀ ਆ, ਟੋਨਿਕ ਲਈ ਵੀ ਆ, ਤਾਂ ਆਈਸ ਤੇ ਹੋ ਜਾਂਦੇ ਡਾਰਕ ਸਰਕਲਸ, ਇਸ ਤਰ੍ਹਾਂ ਸਾਰੀਆਂ ਪ੍ਰੋਬਲਮਸ ਵੀ। ਇਹ ਕੋਈ ਵੀ ਸਕਿਨ ਵਾਲਾ ਜਿਹੜੀ ਆਪਾਂ ਹੁਣ ਦੱਸਣ ਲੱਗੇ, ਕੋਈ ਵੀ ਸਕਿਨ ਵਾਲਾ ਆ ਜੇ ਨੋਰਮਲ ਆ, ਡਰਾਈ ਆ ਜਾਂ ਨੋਰਮਲ ਆ, ਡਰਾਈ ਆ ਤੇ ਓਇਲੀ ਸਕਿਨ ਆ, ਇਹ ਮਤਲਬ ਕਿ ਚੀਜ਼ ਸਾਰੇ ਸਕਿਨ ਵਾਲੇ ਯੂਜ਼ ਕਰ ਸਕਦੇ ਆ। ਸਭ ਤੋਂ ਪਹਿਲਾਂ ਜੇ ਮਤਲਬ ਕਿ ਪਿੰਪਲਸ ਹੈਗੀ ਆ ਮੇਨ, ਤਾਂ ਉਹਨਾਂ ਲਈ ਇਹ ਟਿਪ ਹੈਗੀ ਆ, ਸਭ ਤੋਂ ਪਹਿਲਾਂ ਆਪਾਂ ਲੈ ਲੈਣਾ ਹਨੀ, ਉਹਦੇ ਵਿੱਚ ਆਪਾਂ ਲੈ ਲੈਣੀ ਐਲੋਵੇਰਾ। ਐਲੋਵੇਰਾ ਭਾਵੇਂ ਤੁਸੀਂ ਜਿਹੜੀ ਮਤਲਬ ਕਿ ਬਾਜ਼ਾਰ ਵਾਲੇ ਵੀ ਲੈ ਸਕਦੇ, ਜੇ ਘਰ ਦੀ ਹੋਵੇ ਉਹਦੀ ਜੈਲ ਕੱਢੀ ਹੋਵੇ ਉਹ ਸਭ ਤੋਂ ਬੈਸਟ ਹੈਗੀ ਆ। ਤੇ ਇਹਦੇ ਵਿੱਚ ਆਪਾਂ ਲੈ ਲੈਣਾ ਆ ਥੋੜ੍ਹਾ ਜਿਹਾ ਲੈਮਨ ਐਡ ਕਰ ਲੈਣਾ, ਜਿਹੜਾ ਲੈਮਨ ਉਹ ਸਾਡੀ ਬਲੀਚ ਦਾ ਕੰਮ ਕਰਦਾ, ਉਹਦੇ 'ਚ ਕੀ ਉਹਦਾ ਵਿਟਾਮਿਨ ਸੀ ਹੁੰਦਾ ਆ। ਤੇ ਮਤਲਬ ਕਿ ਜੇ ਕਿਸੇ ਨੂੰ ਲੈਮਨ ਨਹੀਂ ਮਤਲਬ ਕਿ ਸੈੱਟ ਬਹਿੰਦਾ ਹੈਗਾ ਤੇ ਤੁਸੀਂ ਵਿਟਾਮਿਨ ਨੂੰ ਛੱਡ ਕੇ ਤਾਂ ਤੁਸੀਂ ਮਤਲਬ ਕਿ ਥੋੜ੍ਹਾ ਜਿਹਾ ਮਤਲਬ ਕਿ ਸ਼ੂਗਰ ਵੀ ਐਡ ਕਰ ਸਕਦੇ ਇਹਦੇ ਮਤਲਬ ਕਿ ਇਸ ਜਗ੍ਹਾ 'ਤੇ। ਇਹ ਤਿੰਨ ਚੀਜ਼ਾਂ ਨੂੰ ਤੁਸੀਂ ਮਤਲਬ ਕਿ ਸਟੋਰ ਮਿਕਸ ਕਰਨਾ, ਪੂਰਾ ਇੱਕ ਮਿੰਟ ਮਿਕਸ ਕਰਨਾ ਆ ਅਤੇ ਆਪਣੇ ਫੇਸ ਦੇ ਉੱਤੇ ਇਹਨੂੰ 5 ਮਿੰਟ ਲਈ ਮਸਾਜ ਕਰਨੀ ਆ। ਮਸਾਜ ਕਰਨ ਤੋਂ ਬਾਅਦ ਇਹਨੂੰ 5 ਜਾਂ 5-7 ਜਾਂ ਮਿੰਟ ਲਈ ਇਹਨੂੰ ਆਪਣੇ ਫੇਸ ਦੇ ਉੱਤੇ ਛੱਡ ਦੇਣਾ ਹੈ। ਉਸ ਤੋਂ ਬਾਅਦ ਜਦੋਂ ਕਿ ਇਹ ਥੋੜ੍ਹਾ ਜਿਹਾ ਕਿਆ ਸੁੱਕਾ ਜਿਹਾ ਹੋ ਜੂਗਾ, ਉਸ ਤੋਂ ਬਾਅਦ ਤੁਸੀਂ ਇਹਨੂੰ ਨੋਰਮਲ ਪਾਣੀ ਦੇ ਨਾਲ ਆਪਣੇ ਫੇਸ ਨੂੰ ਵਾਸ਼ ਕਰਨਾ। ਇਹ ਨਹੀਂ ਹੋਣਾ ਕਿ ਜਦੋਂ ਕਿ ਠੰਡਾ ਹੋਵੇ ਜਾਂ ਗਰਮ ਹੋਵੇ, ਨੋਰਮਲ ਜੋ ਪਾਣੀ ਆਪਾਂ ਘਰ ਦੇ ਵਿੱਚ ਯੂਜ਼ ਕਰਦੇ ਹਾਂ। ਅਤੇ ਇਹ ਸੀ ਆਪਣੀ ਅੱਜ ਦੀ ਜਿਹੜੀ ਟਿਪ। ਪਿੰਕੀ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਬਹੁਤ ਵਧੀਆ ਸੁਝਾਅ ਦਿੱਤਾ ਹੈ। ਇਸ ਦੇ ਇਹੋ ਜਿਹੇ ਹੀ ਸਕਿਨ ਕੇਅਰ ਟਿਪਸ ਲੈ ਕੇ ਅਸੀਂ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਹੁਣ ਸਾਨੂੰ ਦਿਓ ਆਗਿਆ। ਧੰਨਵਾਦ।